हाँ राजवीर गल जी सर, कौन बोल रहे हो? क्या तुसी राजवीर गल कर रहे हो? हाँ जी, हाँ जी, हाँ जी। हां जी राजवीर तुसी गल कर रहे हो, मैं ना थाने तो गल कर रहा हूं, डीएसपी गुरप्रीत सिंह। हाँ जी भाजी, हां जी की हाल है? मैं क्या तो वधिया वधिया भाजी, वधिया। को तुहाडे ते ना को थोड़ा जा केस खुले सीगा ते मैं थोड़ा जा सैड तो के गल कर रहा हूं बड़े सर तो। अच्छा जी, तो तुहाडा मोबाइल जेहड़ा ट्रेसिंग दे उत्ते वड्डे सर ने लाया होया वा, तो तुहाडा ना डेटा डूटा सारा उन्होंने कढ़िया होया वा, तो तुहाडे जना तकरीबन अद्धे घंटे दे विच विच उन्होंने तुहाडे कोल रिट करनी है, हाँ जी। ते मैं थोड़ा जा सैड तो के तुहाडे दे नाल गल कर रहे हां। पता नहीं तुहाडे दे कोल रेप दा परचा ते जनाह दा परचा ते डकैती दा परचा, तीन परचे तुहाडे दे उन्होंने ठोके होए ने, ते मेरे को ते कीता नहीं मैं इदा बाहर का निकल के काम, तुहाडे। हां जी मैं इदा का कोई काम कीता ही नहीं है। ਤੁਸੀਂ ਇਦਾਂ ਦਾ ਕੰਮ ਨਹੀਂ ਕੀਤਾ ਹੋਣਾ, ਫਿਰ ਕਿਸੇ ਰਿਸ਼ਤੇਦਾਰ ਨੇ ਤੁਹਾਡੇ ਨਾਲ ਕਿਸੇ ਨੇ ਭੈਣ ਜੀ ਕੀ ਕਰਤੀ ਹੋਣੀ ਹੈ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਮੈਂ ਸਾਈਡ ਤੇ ਹੋ ਕੇ ਗੱਲ ਕਰ ਰਿਹਾ ਵਾਂ, ਉਹ ਹੁਣ ਗੱਡੀਆਂ ਗੁੱਡੀਆਂ ਕੱਢ ਰਹੇ ਸੀਗੇ ਤੇ ਮੈਂ ਤਾਂ ਤੁਹਾਨੂੰ ਕਾਲ ਕੀਤੀ यार मेरा तो प्रसाद सुक गया वेख के भी, मैं तो कोई मैं तो इदा का बंदा, मैं कभी ਉਹ ऐसा कुछ नहीं कीता। ਉਹ ਮੇਰੀ ਗੱਲ ਸੁਣ ਲੈ, ਮੈਂ ਜਿਹੜੀ ਤੈਨੂੰ ਮੈਂ ਗੱਲ ਧਿਆਨ ਨਾਲ ਸਮਝਾ ਰਿਹਾ ਵਾਂ ਕਿ ਤੈਨੂੰ ਇਸ ਗੱਲ ਦਾ ਨਹੀਂ ਪਤਾ। ਹੁਣ ਵੱਡੇ ਸਰ ਆ ਕੇ ਬੈਠੇ ਨੇ, ਉਹਨਾਂ ਇੱਥੇ ਆ ਕੇ ਕਾਗਜ਼ਾਤ ਖੋਲੇ ਨੇ, ਰਜਵੀਰ ਤੁਹਾਡਾ ਨਾਮ ਨਹੀਂ ਹੈਗਾ। ਆ ਮੇਰਾ ਨਾਂ ਹੀ ਹੈ। ਹਾਂਜੀ ਤੁਹਾਡਾ ਨਾਮ ਹੀ ਹੈ, ਤੁਹਾਡੇ ਤੇ ਐਫ ਆਈ ਆਰ ਹੋਈਆਂ ਪਈਆਂ ਵਾ, ਦੋ ਤਿੰਨ ਤਿੰਨ ਪਰਚੇ ਹੋਏ ਪਏ ਨੇ, ਡਕੈਤੀ ਦਾ, ਜਨਾਹ ਦਾ ਤੇ ਰੇਡ ਦਾ, ਇਹ ਤਿੰਨ ਪਰਚੇ ਹੋਏ ਨੇ, ਤੇ ਮੈਂ ਵੱਡੇ ਸਰ ਤੋਂ ਥੋੜੇ ਜਿਹਾ ਸਾਈਡ ਤੋਂ ਗੱਲ ਕਰ ਰਹੇ, ਤੁਹਾਡਾ ਨਾਮ ਲੈ ਕੇ ਉਹਨਾਂ ਨੂੰ ਤੁਹਾਡੇ ਤੇ ਰੇਟ ਕਰਨੀ ਹੈ, ਤੇ ਮੈਂ ਤੁਹਾਡਾ ਰੋਲਾ ਰੋਲਾ ਇੱਥੇ ਨਿਬੇੜ ਦਿੰਦਾ ਵਾਂ। ਉਹ ਤੁਹਾਡੇ ਕੋਲ ਹੀ ਆ ਰਹੇ ਸੀਗੇ ਤੇ ਮੈਂ ਸਾਈਡ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਨੂੰ ਦੱਸ ਦਿਓ ਹੁਣ ਕੀ ਕਰਨਾ। ਤੇ ਐਦਾਂ ਕਿਦਾਂ ਨਿਬੜੂਗਾ, ਐਦਾਂ ਕਿਦਾਂ ਨਿਬੜੂਗਾ ਜੀ? ਹਾਂਜੀ ਪਰ ਮੈਂ ਤੇ ਕੋਈ ਗੁਨਾਹ ਕੀਤਾ ਹੀ ਨਹੀਂ ਆ। ਤੁਸੀਂ ਕੁਛ ਨਹੀਂ ਕੀਤਾ, ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਕਿ ਤੁਸੀਂ ਚੰਗੇ ਰਹਿ ਜਾਓਗੇ, ਤੁਸੀਂ ਦੱਸ ਦਿਓ ਕਿ ਸਰ ਜੀ ਤੁਸੀਂ ਮੇਰਾ ਰੋਲਾ ਨਿਬੇੜ ਦਿਓ, ਤੁਸੀਂ ਰੋਲਾ ਨਿਬੇੜਨਾ ਚਾਹੁੰਦੇ ਹੋ ਦੱਸ ਦਿਓ, ਨਹੀਂ ਤੇ ਗੱਡੀਆਂ ਗੁੱਡੀਆਂ ਕੱਢ ਰਹੇ, ਹੁਣ ਮੈਂ ਜਾ ਰਿਹਾ, ਮੈਂ ਉੱਥੇ ਗੱਡੀ ਦੇ ਕੋਲ, ਮੈਂ ਤੁਹਾਨੂੰ ਜਾ ਕੇ ਤੁਹਾਨੂੰ ਦਿਖਵਾ ਦਿੰਦਾ, ਵੱਡੇ ਸਰ ਨਾਲ ਕਹਿੰਦੇ ਤੁਹਾਡੀ ਗੱਲ ਵੀ ਕਰਵਾ ਦਿੰਦਾ ਮੈਂ, ਦੱਸੋ। ਪਰ ਗੱਲ ਇਹ ਆ ਵੀ ਮੈਂ ਤਾਂ ਏਡਾ ਤਕੜਾ ਬੰਦਾ ਨਹੀਂ, ਮੈਂ ਤਾਂ ਦਿਹਾੜੀ ਦੁੜੀ ਵਾਲਾ ਹੀ ਬੰਦਾ, ਮਾੜਾ ਮੋਟਾ ਹੀ ਆ ਤੇ ਦਰਮਿਆਨਾ ਜਿਹਾ ਹੀ ਆ, ਹਾਂ ਮੀਡੀਅਮ ਵਾਲੇ ਤੁਸੀਂ ਦੱਸ ਬੰਦਾ। ਦਿਓ ਨਾ ਕੀ ਕਹਿ ਰਹੇ ਹੋ, ਮੈਂ ਕਿਹਾ ਵੀ ਮੈਂ ਤਾਂ ਭਰਾਵਾ ਮਾਤੜੀ ਆ ਬੰਦਾ, ਕੋਈ ਬਹੁਤਾ ਲੈਂਡ ਲਾਰਡ ਬੰਦਾ ਨਹੀਂ ਹੈਗਾ। ਅਲੇ ਚਲੋ ਮੈਂ ਤੁਹਾਨੂੰ ਤੁਹਾਡਾ ਦੁੱਧ ਨਾ ਇੱਥੇ ਬੈਠੇ ਬਿਠਾਏ ਤੁਹਾਡਾ ਰੋਲਾ ਨਿਬੇੜ ਦਿੰਦਾ ਵਾਂ, ਚਲੋ ਤੁਸੀਂ ਮੈਨੂੰ ਦੱਸ ਦਿਓ ਉਹ ਕੋਈ ਥੋੜੇ ਬਹੁਤੇ ਖਰਚਾ ਪਾਣੀ, ਤੁਹਾਨੂੰ ਪਤਾ ਲੱਗਦਾ ਵਾ, ਚਲੋ ਖਰਚਾ ਪਾਣੀ ਲਗਵਾ ਕੇ ਮੈਂ ਤੁਹਾਡਾ ਕੰਮ ਤੁਹਾਡਾ ਕਲੀਅਰ ਕਰਵਾ ਦਿੰਦਾ ਵਾਂ, ਕਿੰਨਾ ਕੁ ਤੁਹਾਡੇ ਕਾਗਜ਼ਾਤ ਤੁਸੀਂ ਆਪਣੇ ਚੱਕ ਲਿਓ। ਕਿੰਨਾ 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 ਕੁ ਲੱਗੂਗਾ ਜੀ? ਹਾਂ 10,000 ਰੁਪਏ ਦੇ ਵਿੱਚ ਨਾ ਮੈਂ ਤੁਹਾਡੀ ਜਾਨ ਤੁਹਾਡੀ ਛਡਵਾ ਦਿੰਦਾ ਵਾਂ, 10,000 ਰੁਪਏ ਦੇ ਵਿੱਚ ਤੁਹਾਡਾ ਸਾਰਾ ਤੁਹਾਡਾ ਮੈਂ ਕੰਮ ਕਰਵਾ ਦਿੰਦਾ ਵਾਂ, ਤੇ ਮੈਂ ਬਾਹਰ ਹੋ ਕੇ ਸਾਈਡ ਤੇ ਹੋ ਕੇ ਗੱਲ ਤੁਹਾਡੇ ਨਾਲ ਕਰ ਰਿਹਾ ਵਾਂ ਕਿ ਤੁਹਾਡਾ ਨੰਬਰ ਟ੍ਰੇਸਿੰਗ ਤੇ ਲੱਗਿਆ ਵਾ, ਤੁਸੀਂ ਕਿਸੇ ਬੰਦੇ ਨੂੰ ਕਾਲ ਨਹੀਂ ਕਰਨੀ, ਕਿਸੇ ਬੰਦੇ ਨੂੰ ਰੋਣਾ ਨਹੀਂ ਪਾਣਾ ਕਿ ਮੇਰੇ ਤੇ ਪਰਚਾ ਹੋਇਆ ਵਾ, ਤੇ ਮੈਨੂੰ ਦੱਸ ਚਲਦੀ ਕਾਲ ਦੇ ਵਿੱਚ ਹੁਣ ਕਿੰਨੀ ਕੁ ਦੇਰ ਤੱਕ ਤੁਸੀਂ ਸੈਂਡ ਕਰਦੇ, ਮੈਂ ਸਾਰ ਕੋ ਨੰਬਰ ਲੈ ਕੇ ਤੁਹਾਨੂੰ ਸੈਂਡ ਕਰਾਂ। ਮੈਂ ਖੁਦ ਪੁਲਿਸ ਡਿਪਾਰਟਮੈਂਟ 'ਚ ਨੌਕਰੀ ਕਰਨ ਡਿਆ, ਜਿਹੜਾ ਤੂੰ ਲੰਨ ਪੁੱਟਣਾ ਮੇਰਾ ਪੁੱਟ ਲਾ, ਠੀਕ ਆ? ਤੇਰੀ ਭੈਣ ਦੀ ਲੰਨ ਤੇਰੀ ਹੋ ਗਿਆ ਜੀ। ਮੈਨੂੰ ਫੋਨ ਕੀਤਾ ਪਾਕਿਸਤਾਨ ਦੇ ਬੰਦੇ ਨੇ ਤੇ ਥਾਣੇਦਾਰ ਦੀ ਫੋਟੋ ਲਾਈ ਡੀਐਸਪੀ ਦੀ, ਮੈਂ ਪਰਮ ਜੀ ਡੀਐਸਪੀ ਬੋਲਦਾ, ਮੈਂ ਦੱਸੋ ਸਰ ਤੇਰੇ ਵੱਲ ਗੱਡੀਆਂ ਕੱਢਣ ਡੇ ਤੇ